ਪੰਜਾਬ ਪੁਲਿਸ ਸਾਰੀ ਸਟੇਟ ਦੇ ਵਿੱਚ 10 ਥਾਵਾਂ 'ਤੇ 10 ਲੋਕੇਸ਼ਨਸ 'ਤੇ ਜਾਬਤੇ ਮੁਤਾਬਿਕ ਡਰੱਗ ਡਿਸਪੋਜ਼ਲਸ ਕਮੇਟੀ ਰਾਹੀਂ ਨਸ਼ੀਲੇ ਪਦਾਰਥ ਨੂੰ ਨਸ਼ਟ ਕਰ ਰਹੀ ਹੈ। ਅੱਜ 83 ਕਿਲੋ ਹੀਰੋਇਨ, 9557 ਕਿਲੋ ਪੋਪੀ ਹਸਕ ਅਤੇ 4.5 ਲੱਖ ਨਸ਼ੀਲੇ ਇੰਜੈਕਸ਼ਨਸ ਅਤੇ ਕੈਪਸੂਲਸ ਡਿਸਟਰੋਏ ਕੀਤੇ ਜਾ ਰਹੇ ਨੇ। ਡਰੱਗ ਲੋ ਇਨਫੋਰਸਮੈਂਟ ਦੇ ਵਿੱਚ ਪਾਰਦਰਸ਼ਿਤਾ ਲਈ ਸਾਰੀ ਪੁਲਿਸ ਫੋਰਸਿਸ ਵੱਲੋਂ ਸਮੇਂ ਸਮੇਂ 'ਤੇ ਸੀਜ਼ ਡਰੱਗਸ ਨੂੰ ਡਿਸਟਰੋਏ ਕੀਤਾ ਜਾਂਦਾ ਹੈ। ਅਤੇ ਪਿਛਲੇ 2.5 ਸਾਲਾਂ 'ਚ ਪੰਜਾਬ ਦੇ ਵਿੱਚ 2600 ਕਿਲੋ ਹੀਰੋਇਨ, ਤਕਰੀਬਨ 1,77,000 ਕਿਲੋ ਪੋਪੀ ਹਸਕ, 3452 ਕਿਲੋ ਅਫੀਮ ਅਤੇ 1,40,00,000 ਨਸ਼ੀਲੇ ਟੀਕੇ ਇੰਜੈਕਸ਼ਨ ਟੈਬਲੇਟਸ ਡਿਸਟਰੋਏ ਕੀਤੇ ਗਏ। ਹਾਲ ਦੇ ਵਿੱਚ ਹੀ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਇੱਕ ਹਾਈ ਲੈਵਲ ਰਿਵਿਊ ਮੀਟਿੰਗ ਕਰਕੇ ਜਿਹੜੀ ਨਸ਼ਿਆਂ ਦੇ ਖਿਲਾਫ ਜੰਗ ਚੱਲ ਰਹੀ ਹੈ ਉਸ ਦੀ ਸਮੀਖਿਆ ਕੀਤੀ ਸੀ ਅਤੇ ਸਾਡੇ ਮਾਰਗਦਰਸ਼ਨ ਲਈ ਸਾਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀਗੇ, ਜਿਸ ਦੇ ਵਿੱਚ ਸਾਡੀ ਟੌਪ ਮੋਸਟ ਪ੍ਰਾਇਰਟੀ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਸੀਜ਼ ਹੈ ਅਤੇ ਇਸ 'ਤੇ ਚੰਗੀ ਪੱਧਰ 'ਤੇ ਕੰਮ ਕੀਤਾ ਜਾਊਗਾ। ਫਾਰਵਰਡ ਅਤੇ ਬੈਕਵਰਡ ਲਿੰਕੇਜਸ ਐਕਸਪਲੋਰ ਕਰਕੇ ਜਿਹੜਾ ਨਸ਼ਿਆਂ ਦਾ ਸੋਰਸ ਹੈਗਾ ਉਹ ਭਾਵੇਂ ਇੰਟਰ ਸਟੇਟ ਹੈਗੇ ਭਾਵੇਂ ਇੰਟਰਨੈਸ਼ਨਲ, ਉਹਨਾਂ ਤੱਕ ਪਹੁੰਚਿਆ ਜਾਊਗਾ। ਅਤੇ ਇਸ ਦੇ ਨਾਲ ਜਿਹੜੀ ਇੱਕ ਸ਼ਿਫਟ ਇਨ ਸਟਰੈਟਜੀ ਹੈਗੀ ਕਿ ਵੱਡੀ ਰਿਕਵਰੀਜ਼ 'ਤੇ ਫੋਕਸ ਰਹੂਗਾ ਅਤੇ ਮੁੱਖ ਮੰਤਰੀ ਸਾਹਿਬ ਦੇ ਖਾਸ ਨਿਰਦੇਸ਼ ਹੈਗੇ ਕਿ ਪੁਆਇੰਟਸ ਆਫ ਸੇਲ 'ਤੇ ਪਿੰਡਾਂ ਦੇ ਵਿੱਚ ਅਤੇ ਮੁਹੱਲਿਆਂ ਦੇ ਵਿੱਚ ਜਿਹੜੇ ਪੁਆਇੰਟਸ ਆਫ ਸੇਲ ਹੈ ਉਹਨਾਂ 'ਤੇ ਪ੍ਰਭਾਵੀ ਤੌਰ 'ਤੇ ਕਾਰਵਾਈ ਕਰਕੇ ਅੰਕੁਸ਼ ਲਾਇਆ ਜਾਊਗਾ। ਅਤੇ ਪੰਜਾਬ ਸਰਕਾਰ ਦੇ ਸਾਰੇ ਡਿਪਾਰਟਮੈਂਟਸ, ਐਜੂਕੇਸ਼ਨ, ਸਪੋਰਟਸ, ਹੈਲਥ ਡਿਪਾਰਟਮੈਂਟ, ਪੁਲਿਸ ਦੇ ਨਾਲ ਮਿਲ ਕੇ ਕੰਮ ਕਰਨਗੇ। ਮੇਰੇ ਸਾਥੀ ਸਪੈਸ਼ਲ DGP SDF ਕੁਲਦੀਪ ਜੀ ਜਿਹੜੇ SDF ਦੇ ਚੀਫ ਹੈਗੇ ਉਹ ਸਾਰੇ ਐਫਰਟਸ ਨੂੰ ਕੋਆਰਡੀਨੇਟ ਕਰਨਗੇ। ਸੈਂਟਰਲ ਏਜੰਸੀਜ਼ ਦੇ ਨਾਲ, ਨਾਰਕੋਟਿਕਸ ਕੰਟਰੋਲ ਬਿਊਰੋ ਅਤੇ BSF ਨਾਲ ਸਾਡਾ ਤਾਲਮੇਲ ਹੈਗਾ। ਅੱਜ ਦੇ ਦਿਨ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ, ਲੈਟਸ ਏ ਨੋ ਟੂ ਡਰੱਗਸ, ਇਕੱਠੇ ਹੋ, ਲਾਮਬੰਦ ਹੋ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਉਪਰਾਲਾ ਕਰੋ। ਪੰਜਾਬ ਪੁਲਿਸ ਸਾਰੀ ਸਟੇਟ ਦੇ ਵਿੱਚ 10 ਥਾਵਾਂ 'ਤੇ 10 ਲੋਕੇਸ਼ਨਸ 'ਤੇ ਜਾਬਤੇ ਮੁਤਾਬਿਕ ਡਰੱਗ ਡਿਸਪੋਜ਼ਲਸ ਕਮੇਟੀ ਰਾਹੀਂ ਨਸ਼ੀਲੇ ਪਦਾਰਥ ਨੂੰ ਨਸ਼ਟ ਕਰ ਰਹੀ ਹੈ। ਅੱਜ 83 ਕਿਲੋ ਹੀਰੋਇਨ, 9557 ਕਿਲੋ ਪੋਪੀ ਹਸਕ ਅਤੇ 4.5 ਲੱਖ ਨਸ਼ੀਲੇ ਇੰਜੈਕਸ਼ਨਸ ਅਤੇ ਕੈਪਸੂਲਸ ਡਿਸਟਰੋਏ ਕੀਤੇ ਜਾ ਰਹੇ ਨੇ। ਡਰੱਗ ਲੋ ਇਨਫੋਰਸਮੈਂਟ ਦੇ ਵਿੱਚ ਪਾਰਦਰਸ਼ਿਤਾ ਲਈ ਸਾਰੀ ਪੁਲਿਸ ਫੋਰਸਿਸ ਵੱਲੋਂ ਸਮੇਂ ਸਮੇਂ 'ਤੇ ਸੀਜ਼ ਡਰੱਗਸ ਨੂੰ ਡਿਸਟਰੋਏ ਕੀਤਾ ਜਾਂਦਾ ਹੈ। ਅਤੇ ਪਿਛਲੇ 2.5 ਸਾਲਾਂ 'ਚ ਪੰਜਾਬ ਦੇ ਵਿੱਚ 2600 ਕਿਲੋ ਹੀਰੋਇਨ, ਤਕਰੀਬਨ 1,77,000 ਕਿਲੋ ਪੋਪੀ ਹਸਕ, 3452 ਕਿਲੋ ਅਫੀਮ ਅਤੇ 1,40,00,000 ਨਸ਼ੀਲੇ ਟੀਕੇ ਇੰਜੈਕਸ਼ਨ ਟੈਬਲੇਟਸ ਡਿਸਟਰੋਏ ਕੀਤੇ ਗਏ। ਹਾਲ ਦੇ ਵਿੱਚ ਹੀ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਇੱਕ ਹਾਈ ਲੈਵਲ ਰਿਵਿਊ ਮੀਟਿੰਗ ਕਰਕੇ ਜਿਹੜੀ ਨਸ਼ਿਆਂ ਦੇ ਖਿਲਾਫ ਜੰਗ ਚੱਲ ਰਹੀ ਹੈ ਉਸ ਦੀ ਸਮੀਖਿਆ ਕੀਤੀ ਸੀ ਅਤੇ ਸਾਡੇ ਮਾਰਗਦਰਸ਼ਨ ਲਈ ਸਾਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀਗੇ, ਜਿਸ ਦੇ ਵਿੱਚ ਸਾਡੀ ਟੌਪ ਮੋਸਟ ਪ੍ਰਾਇਰਟੀ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਸੀਜ਼ ਹੈ ਅਤੇ ਇਸ 'ਤੇ ਚੰਗੀ ਪੱਧਰ 'ਤੇ ਕੰਮ ਕੀਤਾ ਜਾਊਗਾ। ਫਾਰਵਰਡ ਅਤੇ ਬੈਕਵਰਡ ਲਿੰਕੇਜਸ ਐਕਸਪਲੋਰ ਕਰਕੇ ਜਿਹੜਾ ਨਸ਼ਿਆਂ ਦਾ ਸੋਰਸ ਹੈਗਾ ਉਹ ਭਾਵੇਂ ਇੰਟਰ ਸਟੇਟ ਹੈਗੇ ਭਾਵੇਂ ਇੰਟਰਨੈਸ਼ਨਲ, ਉਹਨਾਂ ਤੱਕ ਪਹੁੰਚਿਆ ਜਾਊਗਾ। ਅਤੇ ਇਸ ਦੇ ਨਾਲ ਜਿਹੜੀ ਇੱਕ ਸ਼ਿਫਟ ਇਨ ਸਟਰੈਟਜੀ ਹੈਗੀ ਕਿ ਵੱਡੀ ਰਿਕਵਰੀਜ਼ 'ਤੇ ਫੋਕਸ ਰਹੂਗਾ ਅਤੇ ਮੁੱਖ ਮੰਤਰੀ ਸਾਹਿਬ ਦੇ ਖਾਸ ਨਿਰਦੇਸ਼ ਹੈਗੇ ਕਿ ਪੁਆਇੰਟਸ ਆਫ ਸੇਲ 'ਤੇ ਪਿੰਡਾਂ ਦੇ ਵਿੱਚ ਅਤੇ ਮੁਹੱਲਿਆਂ ਦੇ ਵਿੱਚ ਜਿਹੜੇ ਪੁਆਇੰਟਸ ਆਫ ਸੇਲ ਹੈ ਉਹਨਾਂ 'ਤੇ ਪ੍ਰਭਾਵੀ ਤੌਰ 'ਤੇ ਕਾਰਵਾਈ ਕਰਕੇ ਅੰਕੁਸ਼ ਲਾਇਆ ਜਾਊਗਾ। ਅਤੇ ਪੰਜਾਬ ਸਰਕਾਰ ਦੇ ਸਾਰੇ ਡਿਪਾਰਟਮੈਂਟਸ, ਐਜੂਕੇਸ਼ਨ, ਸਪੋਰਟਸ, ਹੈਲਥ ਡਿਪਾਰਟਮੈਂਟ, ਪੁਲਿਸ ਦੇ ਨਾਲ ਮਿਲ ਕੇ ਕੰਮ ਕਰਨਗੇ। ਮੇਰੇ ਸਾਥੀ ਸਪੈਸ਼ਲ DGP SDF ਕੁਲਦੀਪ ਜੀ ਜਿਹੜੇ SDF ਦੇ ਚੀਫ ਹੈਗੇ
ਉਹ ਸਾਰੇ ਐਫਰਟਸ ਨੂੰ ਕੋਆਰਡੀਨੇਟ ਕਰਨਗੇ ਸੈਂਟਰਲ ਏਜੰਸੀਜ਼ ਦੇ ਨਾਲ, ਨਾਰਕੋਟਿਕਸ ਕੰਟਰੋਲ ਬਿਊਰੋ ਅਤੇ BSF ਨਾਲ ਸਾਡਾ ਤਾਲਮੇਲ ਹੈਗਾ। ਅੱਜ ਦੇ ਦਿਨ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ, ਲੈਟਸ ਏ ਨੋ ਟੂ ਡਰੱਗਸ, ਇਕੱਠੇ ਹੋ, ਲਾਮਬੰਦ ਹੋ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਉਪਰਾਲਾ ਕਰੋ।